ਰੌਣਕ ਮੇਲੇ ਮੁੱਕ ਜਾਂਦੇ ਨੇ, ਸੱਚ ਸਵੇਲੇ ਰੁਕ ਜਾਂਦੇ ਨੇ, ਤੇ ਜਿਹੜੇ ਕਹਿੰਦੇ ਜਾਣ ਤੋਂ ਪਿਆਰਾ, ਲੋੜ ਪਵੇ ਤਾਂ ਲੁਕ ਜਾਂਦੇ ਨੇ। ਬੀਜ ਕੇ ਜੇ ਨਾ ਰਾਖੀ ਰੱਖੀਏ, ਤੋਤੇ ਫਸਲਾਂ ਟੁੱਕ ਜਾਂਦੇ ਨੇ, ਤੇ ਮੋਢੇ ਚੌੜੇ ਨਾ ਕਰ ਬੰਦਿਆ, ਪਿਛਲੀ ਉਮਰੇ ਚੁੱਕ ਜਾਂਦੇ ਨੇ, ਤੇ ਕੁਝ ਨੀ ਇੱਥੇ ਤੇਰਾ ਮੇਰਾ, ਕੁਝ ਨੀ ਇੱਥੇ ਤੇਰਾ ਮੇਰਾ, ਸਾਰੇ ਖਾਲੀ ਤੁਰ ਜਾਂਦੇ ਨੇ, ਤੇ ਰਿਸ਼ਤੇ ਸਾਰੇ ਪੱਤਿਆਂ ਵਰਗੇ ਚੜ ਜਾਂਦੇ ਜਦ ਸੁੱਕ ਜਾਂਦੇ ਨੇ, ਚੜ ਜਾਂਦੇ ਜਦ ਸੁੱਕ ਜਾਂਦੇ ਨੇ। ਤੇ ਮੇਰੇ ਇਸ਼ਕ ਦੇ ਵਿੱਚ ਤੂੰ ਮਾਸ਼ੂਕ ਨਾ ਹੋ, ਨਹੀਂ ਅੱਜ ਤੱਕ ਗਲਤ ਨਿਗਾਹ ਕੀਤੀ, ਤੇਰੀ ਹਰ ਮੁਲਾਕਾਤ ਮੈਂ ਇੰਜ ਕੀਤੀ ਜਿਵੇਂ ਮੂਸਾ ਨਾਲ ਖੁਦਾ ਕੀਤੀ, ਤੇ ਨਹੀਂ ਫਰਕ ਕੀਤਾ ਤੇਰੀ ਪੂਜਾ ਵਿੱਚ, ਨਹੀਂ ਖਤਰਿਆਂ ਦੀ ਪਰਵਾਹ ਕੀਤੀ। ਇੱਕ ਤੈਨੂੰ ਰੱਬ ਨਹੀਂ ਕਹਿ ਸਕਦਾ, ਬਾਕੀ ਸਾਰੀ ਰਸਮ ਅਦਾ ਕੀਤੀ, ਬਾਕੀ ਸਾਰੀ ਰਸਮ ਅਦਾ ਕੀਤੀ। ਤੇ ਰੂਪ ਕੋਈ ਜਾਗੀਰ ਨਹੀਂ ਹੁੰਦੀ, ਹੀਰ ਵੀ ਇੱਕ ਦਿਨ ਹੀਰ ਨਹੀਂ ਹੁੰਦੀ, ਸ਼ੀਸ਼ੇ ਸਾਵੇਂ ਮੈਂ ਹੀ ਹੁੰਨਾ, ਵਿੱਚ ਮੇਰੀ ਤਸਵੀਰ ਨਹੀਂ ਹੁੰਦੀ, ਤੇ ਬੰਦੇ ਨੂੰ ਕੁਝ ਕਰ ਦਿੰਦੀ ਹੈ, ਦੌਲਤ ਆਪ ਅਮੀਰ ਨਹੀਂ ਹੁੰਦੀ, ਦੌਲਤ ਆਪ ਅਮੀਰ ਨਹੀਂ ਹੁੰਦੀ। ਪਤਾ ਯਾਰ ਦੀ ਯਾਰੀ ਤਾਂ ਇੰਝ ਲੱਗਦਾ ਜਦੋਂ ਯਾਰ ਨੂੰ ਯਾਰੀ ਦੀ ਖਿੱਚ ਹੋਵੇ, ਇੱਧਰੋਂ ਮੈਂ ਨਿਕਲਾਂ ਉੱਧਰੋਂ ਉਹ ਨਿਕਲੇ, ਮੁਲਾਕਾਤ ਵੀ ਕਲੀ ਦੇ ਵਿੱਚ ਹੋਵੇ, ਤੇ ਲੱਗੇ ਤੀਰ ਜੁਤਾਈ ਦਾ ਵਿੱਚ ਸੀਨੇ, ਲੱਗੇ ਤੀਰ ਜੁਤਾਈ ਦਾ ਵਿੱਚ ਸੀਨੇ, ਜ਼ਖਮ ਦੋ ਹੋਵਨ ਤੇ ਦਰਦ ਇੱਕ ਹੋਵੇ। ਗੁਲਾਮ ਫਰੀਦਾ, ਯਾਰੀ ਦਾ ਮਜ਼ਾ ਤਦ ਆਉਂਦਾ ਲਾਸ਼ਾਂ ਦੋ ਹੋਵਨ ਤੇ ਕਬਰ ਇੱਕ ਹੋਵੇ, ਲਾਸ਼ਾਂ ਦੋ ਹੋਵਨ ਤੇ ਕਬਰ ਇੱਕ ਹੋਵੇ। ਜੋ ਮੰਗਾਂ ਤਾਂ ਉਹ ਦੁਆਏ ਤੂੰ, ਜੋ ਕਰਾਂ ਰੱਬ ਅੱਗੇ ਉਹ ਫਰਿਆਦ ਹੈ ਤੂੰ, ਆਵੇ ਜੋ ਹਰ ਵੇਲੇ ਉਹ ਯਾਦ ਹੈ ਤੂੰ, ਜੋ ਕਹਾਂ ਤਾਂ ਉਹ ਅਲਫਾਜ਼ ਹੈ ਤੂੰ, ਜੋ ਪੜ੍ਹਾਂ ਨਿੱਤ ਮੈਂ ਉਹ ਨਮਾਜ਼ ਹੈ ਤੂੰ, ਜੋ ਆਵੇ ਰੋਜ਼ ਮੈਨੂੰ ਉਹ ਸੋਹਣਾ ਖਵਾਬ ਹੈ ਤੂੰ, ਤੇਰੇ ਤੇ ਜੋ ਮੈਂ ਲਿਖਦਾ ਰਹਿੰਦਾ ਉਹ ਅਨਮੁੱਲੀ ਕਿਤਾਬ ਹੈ ਤੂੰ, ਉਹ ਅਨਮੁੱਲੀ ਕਿਤਾਬ ਹੈ ਤੂੰ। ਅਸੀਂ ਜੋਗੀ ਇਸ਼ਕ ਹਜ਼ੂਰ ਦੇ, ਸਾਡਾ ਬਹੁਤਾ ਔਖਾ ਜੋਗ, ਸਾਡੀ ਜਿੰਦ ਗਮਾਂ ਵਿੱਚ ਕੂਕਦੀ, ਸਾਨੂੰ ਲੱਗੇ ਡਾਢੇ ਰੋਗ, ਤੇ ਕਿਵੇਂ ਪੈਰੀ ਘੁੰਗਰੂ ਬੰਨੀਏ, ਸਾਨੂੰ ਨੱਚਣ ਦਾ ਨਹੀਂ ਚੱਜ, ਸਾਡਾ ਯਾਰ ਮਨਾ ਤੇ ਮੁਰਸ਼ਦਾ, ਤੂੰ ਰੱਖੇ ਸਾਡੀ ਲੱਜ, ਤੇ ਅਸੀਂ ਵਾਸੀ ਨਗਰ ਪ੍ਰੇਮ ਦੇ, ਸਾਡਾ ਮੁਲਕੋਂ ਦੂਰੋਂ ਦੇਸ਼, ਅਸੀਂ ਆਪਣੀ ਮੈਂ ਨੂੰ ਮਾਰਿਆ, ਅਸਾਂ ਜੋਗੀ ਬਦਲਿਆ ਭੇਸ, ਤੇ ਸਾਡੀ ਜ਼ਿੰਦਗੀ ਦਾ ਮੁੱਲ ਕੱਖ ਨਹੀਂ, ਸਾਡਾ ਸਭ ਕੁਝ ਸੋਹਣਾ ਯਾਰ,
ਕਿਤੇ ਸੋਹਣੀ ਸੁਰਤ ਵੇਖ ਕੇ ਦਿੱਤਾ ਆਪਣਾ ਆਪਸੀ ਵਾਰ ਤੇ ਸਾਨੂੰ ਚਾਹਤ ਉਹਦੇ ਮਿਲਣ ਦੀ ਅਸੀਂ ਹੋਰ ਨਾ ਮੰਗਦੇ ਕੱਖ ਤੇ ਅਸਾਂ ਰਹਿਣਾ ਹਰਦਮ ਯਾਰ ਦਾ ਇੱਕ ਪਲ ਨਾ ਰਹਿਣਾ ਵੱਖ ਅਸੀਂ ਜੋਗੀ ਇਸ਼ਕ ਹਜ਼ੂਰ ਦੇ ਸਾਡਾ ਬਹੁਤਾ ਔਖਾ ਜੋਗ ਸਾਡਾ ਬਹੁਤਾ ਔਖਾ ਜੋਗ। ਉਮੀਦ ਕਰਦਾ ਦੋਸਤੋ ਇਹ ਵੀਡੀਓ ਸੁਣ ਕੇ ਤੁਹਾਡੀ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ। ਜੇਕਰ ਵੀਡੀਓ ਦਿਲੋਂ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ। ਫਿਰ ਮਿਲਾਂਗੇ, ਤਦ ਤੱਕ ਲਈ ਰੱਬ ਰਾਖਾ।